ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਫਿਰ ਤੋਂ ਅੱਜ ਵਾਪਸ ਆ ਇੱਕ ਵੀਡੀਓ ਦੇ ਨਾਲ ਤੇ ਬਹੁਤ ਦਿਨ ਹੋ ਗਏ ਮੈਨੂੰ ਵੀਡੀਓ ਨਹੀਂ ਪਾਏ ਨੂੰ ਤੇ ਬਸ ਸੌਰੀ ਆ ਜੀ ਉਹਦੇ ਲਈ ਤੇ ਆਪਣਾ ਨਵਾਂ ਸਟੂਡੀਓ ਜੀ ਹੁਣ ਆਪਾਂ ਇੱਥੇ ਵੀਡੀਓਸ ਪਾਇਆ ਕਰਾਂਗੇ ਤੇ ਰੋਜ਼ ਨਵੇਂ ਨਵੇਂ ਵੀਡੀਓ ਆਉਣਗੇ ਤਾਂ ਆਪਾਂ ਦਾਰੂ ਬੰਦ ਦਾ ਵੀਡੀਓ ਦੀ ਮੇਕਿੰਗ ਆ ਸੋ ਮੇਕਿੰਗ ਮੈਂ ਤਾਂ ਪਾਈ ਕਿ ਚੈਨਲ 'ਤੇ ਸਭ ਨੂੰ ਵਾਪਸ ਪਤਾ ਲੱਗ ਜਾਏ ਕਿ ਵੀਡੀਓਜ਼ ਆ ਰਹੇ ਆ ਕਿਉਂਕਿ ਵੀਡੀਓਜ਼ ਮੈਂ ਕਾਫੀ ਟਾਈਮ ਤੋਂ ਨਹੀਂ ਪਾਏ ਬਹੁਤ ਇੰਸਟੈਂਟ ਹੁਣੀ ਬਣਾਈਆਂ ਬਸ ਤੁਰੰਤ ਦੇ ਤੁਰੰਤ ਇੱਕ ਸਿਰਫ ਤੁਹਾਨੂੰ ਸਭ ਨੂੰ ਦੱਸਣ ਲਈ ਕਿ ਵੀਡੀਓਜ਼ ਹੁਣ ਰੋਜ਼ ਰੋਜ਼ ਆਉਣਗੇ ਹੁਣ ਮੈਂ ਪ੍ਰੋਪਰ ਵਧੀਆ ਤਰੀਕੇ ਨਾਲ ਵੀਡੀਓਜ਼ ਬਣਾਇਆ ਕਰੂੰਗਾ ਸੋ ਆਹ ਵੀਡੀਓ ਮੈਂ ਇੰਸਟੈਂਟ ਬਣਾਇਆ ਵਾਂ ਆਹ ਦਾਰੂ ਬੰਦ ਗਾਣਾ ਸੀਗਾ ਮਨਕੀਰਤ ਔਲਖ ਦਾ ਸੋ ਉਹਦਾ ਗਿਟਾਰ ਜਿਹੜਾ ਲੂਪ ਸੀਗਾ ਨਾ ਟਾਈਮ ਗਾਉਂਦੇ ਸਿੱਧਾ ਬੀਟ 'ਤੇ ਆਉਂਦੇ ਹਾਂ ਅਤੇ ਜਿਹੜਾ ਆਪਣਾ ਗਿਟਾਰ ਲੂਪ ਸੀਗਾ ਸੋ ਇਹ ਮੈਨੂੰ ਲੂਪ ਅਰੇਂਜ ਹੋ ਗਿਆ ਸੀ ਮੈਨੂੰ ਤਾਂ ਆਪਾਂ ਅੱਜ ਇਹ ਬੀਟ ਕਰ ਰਹੇ ਹਾਂ ਉਹਦੇ ਬਾਅਦ ਜਿਹੜਾ ਫਿਲਰ ਆਪਣਾ ਯੂਜ਼ ਹੁੰਦਾ ਉਹਦੇ ਵਿੱਚ ਠੀਕ ਹੈ ਉਹਦੇ ਬਾਅਦ ਜਿਹੜਾ ਆਪਣਾ ਡਰਮ ਸੈਕਸ਼ਨ ਆਉਂਦਾ ਕਿੱਕ ਸੈਕਸ਼ਨ ਇਹ ਸੈਕਸ਼ਨ ਉੱਥੇ ਆਉਂਦਾ ਜਿੱਥੋਂ ਆਪਣਾ ਮੀਨਸ ਥੋੜ੍ਹੇ ਥੋੜ੍ਹੇ ਸੈਕਸ਼ਨ ਮੈਂ ਬਣਾਇਆ ਪ੍ਰੋਪਰ ਪੂਰਾ ਗਾਣਾ ਨਹੀਂ ਬਣਾਇਆ ਸ਼ੇਕਰਸ ਸੋਰੀ ਹੁਣ ਇਹ ਸ਼ੇਕਰਸ ਅਤੇ ਇੱਕ ਡਾਇਰੈਕਟ ਹੁੰਦੇ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਹੁਣ ਇੱਕ ਆਹ ਵਾ ਇੱਕ ਇੱਦਾਂ ਸ਼ੇਕਰਸ ਆ ਕਿ ਪ੍ਰੋਪਰ ਹੁਣ ਦੇਖੋ ਸਿੱਧੇ ਜਾ ਰਹੇ ਸਟ੍ਰੇਟ ਬਿਲਕੁਲ ਕੋਈ ਫੀਲ ਨਹੀਂ ਗਾ ਇਹਨਾਂ 'ਚ ਹੈ ਨਾ ਭਾਵੇਂ ਆਪਾਂ ਇਹਨਾਂ 'ਚ ਹੁਣ ਸਪਿਨ ਵੀ ਲਾ ਦਈਏ ਅਤੇ ਹੁਣ ਭਾਵੇਂ ਇਹਨਾਂ 'ਚ ਇੱਕ ਫਲੋ ਆ ਗਿਆ ਹੈ ਨਾ ਬਟ ਇੱਕ ਉਹ ਫੀਲ ਨਹੀਂ ਗਾ ਜਿਹੜਾ ਹੁਣ ਇੱਕ ਆਪਾਂ ਇੱਦਾਂ ਇਹਨਾਂ ਦੀ ਵਿਲੋਸਿਟੀ ਲੈਵਲ ਸੈੱਟ ਕਰਕੇ ਪੈਟਰਨ 5 ਆਲੀ ਫੀਲ ਦੇਣ ਲਈ ਹੁਣ ਆਪਾਂ ਇਹਨਾਂ ਦੇ ਜਿਹੜੀ ਵਿਲੋਸਿਟੀਜ਼ ਹੁੰਦੀ ਆ ਮੈਨੂੰ ਕਈ ਲੋਕਾਂ ਨੇ ਪੁੱਛਿਆ ਕਿ ਇਹ ਫੀਲ ਕਿੱਦਾਂ ਦੇਈਦੀ ਆ ਕਿ ਆਹ ਵਾਲੀ ਅਤੇ ਇਹ ਫੀਲ ਲਈ ਆਹ ਦੇਖੋ ਆਪਾਂ ਜਦੋਂ ਪੈਟਰਨ ਬਣਾਈਦਾ ਅਤੇ ਆਹ ਇੰਟੈਂਸਿਟੀ ਲੈਵਲ ਵਿਲੋਸਿਟੀ ਜਿਹੜੀ ਹੁੰਦੀ ਆ ਇਹਨਾਂ ਦੀ ਇਹ ਆਪਾਂ ਸੈੱਟ ਕਰੀਦੀ ਹੁਣ ਦੇਖੋ ਹੁਣ ਜਿੱਦਾਂ ਹੁਣ ਇਹਦਾ ਮਤਲਬ ਇਹ ਆ ਕਿ ਹੁਣ ਜੇ ਇੱਥੇ ਆ ਅਤੇ ਮੀਨਸ ਇਹ ਓਨੀ ਜ਼ਿਆਦਾ ਹਾਰਡ ਟੱਚ ਹੋ ਰਿਹਾ ਠੀਕ ਹੈ ਅਤੇ ਜੇ ਇਹਨੂੰ ਮੈਂ ਥੱਲੇ ਕਰਤਾ ਅਤੇ ਆਪਾਂ ਇੰਟੈਂਸਿਟੀ ਲੈਵਲ ਹੁਣ ਦੇਖੋ ਆਹ ਜਿਹੜਾ ਫਲੋ ਆ ਮੀਨਸ ਉਹਦੀ ਫਲੋ ਘੱਟ ਰਿਹਾ ਵਾ ਵੋਲਿਊਮ ਘੱਟ ਰਹੀ ਹੈ ਨਾ ਅਤੇ ਆਪਾਂ ਉਹਦੀ ਵਿਲੋਸਿਟੀ ਲੈਵਲਸ ਵੀ ਉਹਦੇ ਹਿਸਾਬ ਨਾਲ ਘੱਟ ਕਰੀ ਜਾਵਾਂਗੇ ਉਹ ਹਿਸਾਬ ਨਾਲ ਦੇਖੋ ਤੁਸੀਂ ਗ੍ਰਾਫ ਦੇਖ ਰਹੇ ਹੋਗੇ ਜੇ ਸਕਰੀਨ 'ਤੇ ਠੀਕ ਹੈ ਇਹ ਚੀਜ਼ ਇੱਦਾਂ ਬਣਦੀ ਆ ਉਹਦੇ ਬਾਅਦ 'ਚ ਇੱਕ ਹਾਈ ਹੈਟਸ ਆ ਹਾਈ ਹੈਟਸ ਅਤੇ ਪ੍ਰੋਪਰ ਇਹਦੇ ਵਿੱਚ ਇੱਕ ਅੱਧੇ ਸੈਂਪਲ ਹੀ ਬਾਹਰ ਤੋਂ ਯੂਜ਼ ਹੋਇਆ ਬਾਕੀ ਸਾਰੇ ਸਟੋਕ ਆ ਜਿਹੜੇ ਐਫਲ ਦੇ ਨਾਲ ਆਉਂਦੇ ਆ ਐਸ ਵਿੰਡੋ ਦੇ ਵਿੱਚ ਪੈਕਸ ਦੇ ਵਿੱਚ ਜਿਹੜੇ ਹੁੰਦੇ ਆ ਉਹ ਮੈਂ ਯੂਜ਼ ਕੀਤੇ ਆ ਅਤੇ ਇਹਦੇ ਉੱਤੇ ਜੇ ਆਪਾਂ ਫੈਕਟ ਆ ਜਾਈਏ ਤਾਂ ਇੱਦਾਂ ਸੀਗਾ ਕਾਫੀ ਕਰੰਚੀ ਜਿਹਾ ਬਟ ਆਪਾਂ ਦਾ ਮੈਂ ਇਹਨੂੰ ਕੁਛ ਨਹੀਂ ਕੀਤਾ ਸਿਰਫ ਸਾਰੀ ਇਹਦੀ ਵਿਲੋਸਿਟੀ ਫ੍ਰੀਕੁਐਂਸੀ ਕੱਟਤੀ ਹੈ ਸਿਰਫ ਹਾਈਜ਼ ਰੱਖੀਆਂ ਥੋੜ੍ਹੀਆਂ ਓਕੇ ਸੋ ਇਹ ਹੋ ਗਿਆ ਆਪਣੇ ਹੁਣ ਆਪਾਂ ਇਹਦੇ ਵਿੱਚ ਪਲੱਕ ਯੂਜ਼ ਕੀਤਾ ਹੋਇਆ ਬੇਸਿਕਲੀ ਉਹ ਵੀ ਗਿਟਾਰ ਸੀਗਾ ਇਹ ਜਿਹੜਾ ਪ੍ਰੀਸੈਟ ਆ ਇੱਕ ਨੈਕਸਸ ਦੇ ਇੱਕ ਐਕਸਪੈਂਸ਼ਨ ਆਉਂਦਾ ਵਾ ਇਹ ਤਾਂ ਬੇਸ ਦਾ ਵਾ ਸੋਰੀ ਨੈਕਸਸ ਦੇਰ ਇਜ਼ ਨੈਕਸਸ ਨੈਕਸਸ ਦੇ ਵਿੱਚ ਆ ਐਡੀਆਂ ਐਕਸਪੈਂਸ਼ਨ ਮੈਂ ਪਾਈਆਂ ਸੀ ਅੱਡ ਤੋਂ ਅਤੇ ਉਹਦੇ ਵਿੱਚ ਆ ਮਿਊਟਿਡ ਕਲੀਨ ਗਿਟਾਰ ਕਰਕੇ ਆ ਉਹਦਾ ਪ੍ਰੀਸੈਟ ਹੈ ਬਹੁਤ ਅੱਛਾ ਸਾਊਂਡ ਕਰ ਰਿਹਾ ਵੀ ਤਾਂ ਉਹਦੇ ਬਾਅਦ 'ਚ ਬੇਸ ਲਾਈਨ ਜਿਹੜੀ ਮੈਂ ਬਣਾਈ ਆ ਇਹ ਵੀ ਉਸੇ ਗਿਟਾਰ ਦਾ ਐਕਸਪੈਂਸ਼ਨ ਦਾ ਵਾ ਇਹ ਵੀ ਸਾਰੀਆਂ ਮੈਂ ਹੱਥਾਂ ਨਾਲ ਬਣਾਈਆਂ ਵਾ ਆ ਇੱਥੋਂ ਵੱਜੀ ਹੋਈ ਆ ਸੋ ਇਹ ਐਕਸਪੈਂਸ਼ਨ ਜਿਹੜੀ ਆ ਇਹ ਵੀ ਗਿਟਾਰ ਦੀ ਆ ਈ ਬੇਸ ਇਲੈਕਟ੍ਰਿਕ ਬੇਸ ਮੀਨਸ ਜਿਹੜਾ ਗਿਟਾਰ ਹੁੰਦਾ ਨਹੀਂ ਲਾਈਵ ਬੇਸ ਗਿਟਾਰਸ
लगभग साउंड्स उदा दे होंगे तो बहुत सोहने लगते हैं। हूँ जिदा फैट एकोस्टिक है, ठीक है, बहुत तरीके का फ्रैट बेस, स्लैब बेस भी है। स्लैब बेस जिदा हम आप स्ट्रिंग्स से वीडियोज़ के तुम चेक करियो यूट्यूब से, तो स्लैब बेस के आप स्ट्रिंग्स इदा करके वो वाली साउंड्स भी है। लगभग सारे तरीके के है बेस। आप एक कोई इधर टेक देखते हैं किदा का। मैं बहुत ज़्यादा बीट पे वर्क नहीं किया कि मीन्स एफएक्स वगैरह राइजर्स डाउनलिफ्टर्स वगैरह कुछ भी नहीं लाए, तो वर्क बहुत ज़्यादा होना ना। मैं सिर्फ एक FLP भी तुहानू मिल जूगी, तो जिहड़ा जिहड़ा वर्क करी जाए मैनू मेल करो बना के, मैं जरूर चेक करूँगा। सो मैं एक तुहानू आइडिया दिता कि गाना इदा कि बेसिक सी। ओरिजिनल गाने से वोकल जॉब कुछ हो रहा, मैं इस वोकल जॉब कुछ होर बनाया। आ सैंपल सी मेरा, तो ये मैं बनाया, इतने ग्रॉस बीट लगी हुई है, साइड चेंज होया। मैं थोड़ा जहा पंगा लेके दूजे तरीके का बनाता, सो ये भी सोहना लगता है जे आप। बाकी ओरिजिनल गाने तो मैं ऑल मीन्स हमेशा आंगू। सिंगर जी बहुत माइन्यूट जी आवाज़ आ रही है। ओके सो यदा इदा सीगा सीन, तो हुण जे आप चेक करिए। आ ढोल अपने ढोल इस दो इस करके एक राइट पैंड आ सिर्फ इस मोनीटर से, एक सिर्फ इस मोनीटर से। सो ये ढोल इदा मैं अरेंज किए हुए हैं। ओके सो होप सो तुहानू वीडियो पसंद आया होगा। काफ़ी छोटा वीडियो सिगा, ते बट ये वीडियो से अरेंजमेंट भी कुछ नहीं सिगा, बहुत बेसिक लेवल दी मैं वीडियो की है कि सबनों एक अलार्म देने ली कि बैक फिर तो वीडियोज आएंगे हुण, तो प्रॉपर वीडियोज़ आया करेंगे लाइव मेकिंग दे भी। ये बीट तो चलो मैं तुम्हें बना के दिखाइए, बट हूँ लाइव बीट दे भी वीडियोज़ आया करेंगे कि मैं लाइव बीट तैयार करूँगा। जिदा मैं एक वीडियो पहलों की थी हाई रेटेड वगैरह की, सो उदा की वीडियो तुम्हें दो तीन दिन या होर इस हफ्ते जो होर एक वीडियो मिलेगा तुम्हें छेती सून आप मिलेंगे। ओके जी।